ਤੁਸੀਂ ਪੁਰਾਣੀ ਪਲਾਸਟਿਕ ਦੀ ਬੋਰੀ ਦੇ ਧਾਗਿਆਂ ਤੋਂ ਸਟੈਟਿਕ ਇਲੈਕਟ੍ਰਿਸਿਟੀ ਦਿਖਾ ਸਕਦੇ ਹੋ। ਤੁਹਾਨੂੰ 50 ਸੈਂਟੀਮੀਟਰ ਲੰਬੇ 20 ਤੋਂ 30 ਧਾਗੇ ਚਾਹੀਦੇ ਹਨ। ਇਹਨਾਂ ਧਾਗਿਆਂ ਦੇ ਸਿਰਿਆਂ ਨੂੰ ਆਪਸ ਵਿੱਚ ਬੰਨ ਦਿਓ। ਇਹਨਾਂ ਨੂੰ ਸਿੱਧੇ ਲਟਕਾ ਕੇ ਆਪਣੀਆਂ ਉਂਗਲਾਂ ਨਾਲ ਛੇਤੀ ਛੇਤੀ ਰਗੜੋ। ਧਾਗਿਆਂ ਦੇ ਆਪਸ ਵਿੱਚ ਰਗੜਨ ਨਾਲ ਉਹਨਾਂ ਵਿੱਚ ਚਾਰਜ ਆ ਜਾਵੇਗਾ। ਧਾਗੇ ਇੱਕ ਦੂਜੇ ਨੂੰ ਦੂਰ ਧੱਕਣਗੇ ਅਤੇ ਫੁੱਲ ਜਾਣਗੇ। ਜੇ ਤੁਸੀਂ ਆਪਣਾ ਹੱਥ ਉਹਨਾਂ ਦੇ ਕੋਲ ਲਿਆਓਗੇ ਤਾਂ ਧਾਗੇ ਤੁਹਾਡੇ ਹੱਥ ਵੱਲ ਆਉਣਗੇ। ਗਰਮੀ ਦੇ ਦਿਨਾਂ ਵਿੱਚ ਧਾਗਿਆਂ ਉੱਪਰ ਚਾਰਜ ਕਾਫੀ ਦੇਰ ਤੱਕ ਰਹੇਗਾ। ਬਰਸਾਤੀ ਮੌਸਮ ਵਿੱਚ ਚਾਰਜ ਛੇਤੀ ਲੀਕ ਹੋ ਜਾਵੇਗਾ। ਧਾਗਿਆਂ ਤੋਂ ਚਾਰਜ ਖਤਮ ਕਰਨ ਲਈ ਉਹਨਾਂ ਨੂੰ ਆਪਣੇ ਹੱਥ ਉੱਪਰ ਲਪੇਟ ਲਿਓ। ਇੱਕ ਵਾਰ ਫਿਰ ਤੋਂ ਉਹਨਾਂ ਨੂੰ ਛੇਤੀ ਨਾਲ ਰਗੜੋ ਤਾਂ ਧਾਗੇ ਫਿਰ ਤੋਂ ਚਾਰਜ ਪੈਦਾ ਕਰਕੇ ਫੈਲ ਜਾਣਗੇ।